ਨਵਾਂਸ਼ਹਿਰ ਦੀ ਜ਼ਿਲ੍ਹਾ ਅਦਾਲਤ ਵਿੱਚ ਇੱਕ ਕੇਸ ਦੀ ਪੇਸ਼ੀ ਵਿੱਚ ਪਹੁੰਚੇ ਸਿੱਖਿਆ ਅਤੇ ਖੇਡ ਮੰਤਰੀ ਮੀਥਿਅਰ। ਨਵਾਂਸ਼ਹਿਰ ਦੀ ਅਦਾਲਤ ਵਿੱਚ ਕੋਰੋਨਾ ਕਾਲ ਦੌਰਾਨ ਇੱਕ ਪ੍ਰੋਟੈਸਟ ਕਰਨ ਮੌਕੇ ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਅਤੇ ਗੜਸ਼ੰਕਰ ਤੋਂ ਆਪ ਦੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਉੱਤੇ ਧਾਰਾ 188 ਤਹਿਤ ਮਾਮਲਾ ਦਰਜ ਹੋਇਆ ਸੀ, ਜਿਸ ਵਿੱਚ ਜੱਜ ਮਹਿੰਦੀ ਰੱਤੀ ਦੀ ਕੋਰਟ 'ਚ ਅੱਜ ਸਿੱਖਿਆ ਮੰਤਰੀ ਅਤੇ ਵਿਧਾਇਕ ਦੋਨੋਂ ਪੇਸ਼ ਹੋਏ ਨੇ। ਪੇਸ਼ ਹੋਣ ਤੋਂ ਬਾਅਦ ਸਿੱਖਿਆ ਮੰਤਰੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪੰਜਾਬ ਅੰਦਰ ਸਮਾਰਟ ਸਕੂਲ ਬਣਾਉਣ ਦੇ ਲਈ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਬਹੁਤ ਹੀ ਜਲਦ ਸਮਾਰਟ ਸਕੂਲ ਤਿਆਰ ਕੀਤੇ ਜਾਣਗੇ। ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ ਮਾਨ ਸਰਕਾਰ ਵੱਲੋਂ 35,000 ਨਵੀਆਂ ਨੌਕਰੀਆਂ ਦੀ ਭਰਤੀ ਵੀ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ। ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਪੰਜਾਬ ਅੰਦਰ ਖੇਡਾਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਵੀ ਨਵੀਂ ਨੀਤੀ ਲੈ ਕੇ ਆ ਰਹੇ ਹਾਂ। ਪੰਜਾਬ ਸਰਕਾਰ ਵੱਲੋਂ ਪੰਜਾਬ ਵਿੱਚੋਂ ਗੈਂਗਸਟਰਾਂ ਨੂੰ ਖਤਮ ਕਰਨ ਦੇ ਲਈ ਜੋ ਕੱਲ੍ਹ ਮੁਹਿੰਮ ਸ਼ੁਰੂ ਕੀਤੀ ਗਈ ਹੈ, ਜਿਸ ਵਿੱਚ ਗੈਂਗਸਟਰਾਂ ਨੇ ਜੋ ਹਾਲਾਤ ਪੈਦਾ ਕੀਤੇ ਹੋਏ ਨੇ ਉਹਨਾਂ ਨੂੰ ਸਹੀ ਰਾਸਤੇ ਉੱਤੇ ਲਿਆਉਣ ਦੇ ਲਈ ਵੀ ਸਰਕਾਰ ਇੱਕ ਵੱਡਾ ਫੈਸਲਾ ਲੈਣ ਜਾ ਰਹੀ ਹੈ। ਜੀ ਸਰ, ਮੈਂ ਕਿਹਾ ਜੀ ਪਿਛਲੇ 5 ਸਾਲ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਜਿਹੜੇ ਵਰਕਰ ਸੀ, ਸਾਡੀ ਜਿਹੜੀ ਲੀਡਰਸ਼ਿਪ ਸੀ, ਉਹਨਾਂ 'ਤੇ ਜਗ੍ਹਾ ਜਗ੍ਹਾ 'ਚ ਜਿਹੜੇ ਪੰਜਾਬ 'ਚ ਜਿਹੜੇ ਆ ਪਰਚੇ ਉਹ ਦਰਜ ਕੀਤੇ ਗਏ। ਆਹ ਇੱਥੇ ਵੀ ਜਿਹੜਾ ਕੇਸ ਹੈ ਜੈ ਸਿੰਘ ਰੋੜੀ, ਜਿਹੜੇ ਮੇਰੇ ਸਾਥੀ MLA ਨੇ, ਪਿਛਲੀ ਵਾਰ ਵੀ MLA ਸੀ, ਉਹਨਾਂ ਦੇ ਵਰਸਸ ਜਿਹੜਾ ਇੱਥੇ ਜਿਹੜਾ ਪਰਚਾ ਸਾਡੇ 'ਤੇ ਦਰਜ ਹੋਇਆ ਸੀਗਾ। ਤੁਹਾਨੂੰ ਸਾਰਿਆਂ ਨੂੰ ਪਤਾ ਕਿ ਇੱਥੇ ਇੱਕ ਨਵਾਂ ਸ਼ਹਿਰ 'ਚ ਆਮ ਆਦਮੀ ਪਾਰਟੀ ਦੇ ਜਿਹੜਾ ਵਰਕਰ ਹੈ ਉਹਨਾਂ ਦਾ ਮਰਡਰ ਹੋਇਆ ਸੀਗਾ। ਉਹਨਾਂ ਦੇ ਸੰਬੰਧ 'ਚ ਅਸੀਂ ਇੱਕ ਪ੍ਰੋਟੈਸਟ ਕੀਤਾ ਸੀ ਇੱਥੇ ਵੀ ਅਤੇ ਹੋਰ ਵੀ ਪੰਜਾਬ 'ਚ ਜਗ੍ਹਾ ਜਗ੍ਹਾ 'ਤੇ, ਜਿੱਥੇ ਅਸੀਂ ਚਾਹੇ ਕੋਈ ਡਰੱਗਸ ਦੇ ਮਸਲੇ ਨੂੰ ਲੈ ਕੇ ਪ੍ਰੋਟੈਸਟ ਕੀਤਾ, ਕਿਤੇ ਕੋਈ ਜ਼ਹਿਰੀਲੀ ਸ਼ਰਾਬ ਪੀ ਕੇ ਕੋਈ ਕਈ ਜਿਹੜੇ ਲੋਕਾਂ ਦੀਆਂ ਜਾਨਾਂ ਚਲੀਆਂ ਗਈਆਂ ਉਹਨਾਂ ਕਰਕੇ ਪ੍ਰੋਟੈਸਟ ਕੀਤਾ, ਕੋਈ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਪ੍ਰੋਟੈਸਟ ਕੀਤਾ। ਜਗ੍ਹਾ ਜਗ੍ਹਾ 'ਤੇ ਤੋਂ ਸਰਕਾਰ ਦਾ ਰਵੱਈਆ ਇਹ ਸੀ ਕਿ ਪਰਚੇ ਜਿਹੜੇ ਦਰਜ ਕੀਤੇ ਜਾਂਦੇ ਸੀ, ਸੋ ਉਸੇ ਤਹਿਤ ਅੱਜ ਇੱਥੇ ਕੋਰਟ 'ਚ ਤਰੀਕ ਸੀ, ਉਹਦੀ ਅੱਜ ਹੇਅਰਿੰਗ ਲਈ ਮੈਂ ਅੱਜ ਇੱਥੇ ਪਹੁੰਚਿਆ ਸੀ। ਸਰ, ਪੰਜਾਬ ਜਿਹੜੀ ਗੱਲ ਕਰੀਏ ਤਾਂ ਹੁਣ ਕਿੰਨਾ ਟਾਈਮ ਹੋ ਜਾਵੇਗਾ ਪੰਜਾਬ ਦੇ ਜਿਹੜੇ ਸਮਾਰਟ ਸਕੂਲ ਬਣਾਉਣ ਦਾ? ਮਾਨ ਸਾਹਿਬ ਨੇ ਕਿਹਾ ਸੀ ਕਿ ਦਿੱਲੀ ਵਰਗੇ ਸਕੂਲ, ਦੇਖੋ ਓਵਰ ਦਾ ਨਾਈਟ ਕੁਛ ਜਿਹੜਾ ਰਾਤੋ ਰਾਤ ਚੇਂਜ ਨਹੀਂ ਹੁੰਦਾ, ਜਿਹੜਾ ਇੱਕੋਦਮ ਜਿਹੜੀਆਂ ਚੀਜ਼ਾਂ 'ਤੇ ਕੰਮ ਹੋ ਸਕਦਾ ਸੀਗਾ ਉਹ ਕਰਪਸ਼ਨ 'ਤੇ ਸੀ, ਹੈ ਨਾ। ਅਸੀਂ ਤੁਸੀਂ ਦੇਖੋ ਕਿ ਮਾਫੀਆ ਪੰਜਾਬ 'ਚ ਪੂਰੀ ਤਰ੍ਹਾਂ ਬੰਦ ਹੈ, ਸਰਕਾਰੀ ਦਫ਼ਤਰਾਂ ਜਿਹੜੀ ਲੁੱਟ ਬੰਦ ਹੈ। ਬੜੇ ਅਰਸੇ ਬਾਅਦ ਹੋਇਆ ਕਿ ਜਿਹੜੀਆਂ ਰਜਿਸਟਰੀਆਂ ਨੇ ਉਹ ਬਿਨਾਂ ਪੈਸੇ ਤੋਂ ਹੋ ਰਹੀਆਂ ਨੇ, ਥਾਣਿਆਂ 'ਚ ਲੋਕਾਂ ਦੀ ਲੁੱਟ ਜਿਹੜੀ ਉਹ ਬੰਦ ਹੋਈ ਹੈ। ਸੋ ਜਿਹੜੇ ਇੱਕੋਦਮ ਹੋਣ ਵਾਲੇ ਕੰਮ ਸੀ ਉਸ ਇੱਕੋਦਮ ਕੀਤੇ ਆ। ਇਸ ਤੋਂ ਬਾਅਦ ਅਸੀਂ ਐਜੂਕੇਸ਼ਨ 'ਤੇ ਵੀ ਕੰਮ ਕਰ ਰਹੇ ਹਾਂ, ਪੋਲਿਸੀਜ਼ ਆ ਰਹੀਆਂ ਨੇ, ਸਪੋਰਟਸ ਮਿਨਿਸਟਰੀ ਵੀ ਮੇਰੇ ਕੋਲ ਹੈ, ਉਹਦੇ 'ਤੇ ਵੀ ਕੰਮ ਕਰ ਰਹੇ ਹਾਂ। ਨਾਲ ਨਾਲ ਹੈਲਥ ਸੈਕਟਰ ਦੇ ਵਿੱਚ ਅਸੀਂ ਲੋਕਾਂ ਦੇ ਨਾਲ ਕਮਿਟਮੈਂਟ ਕੀਤੀ ਹੈ ਕਿ ਜਿੰਨੇ ਵੀ ਅਸੀਂ ਵਾਅਦੇ ਕੀਤੇ ਆ 5 ਸਾਲ ਦੇ ਵਿੱਚ ਪੂਰੇ ਕਰਾਂਗੇ, ਅਤੇ ਉਹਨਾਂ 'ਤੇ ਕੰਮ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ 'ਚ, ਮੁੱਖ ਮੰਤਰੀ ਪੰਜਾਬ ਦੀ ਅਗਵਾਈ 'ਚ ਅਸੀਂ ਪਹਿਲੇ ਦਿਨ ਤੋਂ ਸ਼ੁਰੂ ਕਰ ਦਿੱਤਾ। ਨਹੀਂ ਤੁਸੀਂ ਦੇਖੋ ਵੀ ਚਾਹੇ ਨਵੀਆਂ ਨੌਕਰੀਆਂ ਕੱਢਣ ਨੂੰ ਲੈ ਕੇ ਹੋਵੇ, ਚਾਹੇ ਕੱਚੇ ਮੁਲਾਜ਼ਮ ਪੱਕੇ ਕਰਨ ਨੂੰ ਲੈ ਕੇ ਹੋਵੇ, ਜਿਹੜੇ ਐਲਾਨ ਸਰਕਾਰਾਂ ਲਾਸਟ 'ਤੇ ਕਰਦੀਆਂ ਹੁੰਦੀਆਂ ਜਦੋਂ ਵੋਟਾਂ 'ਚ 2-4 ਮਹੀਨੇ ਰਹਿ ਜਾਣ, ਸਾਡੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਜਿਸ ਦਿਨ ਤੋਂ ਸਹੁੰ ਚੁੱਕੀ ਆ, ਹਜੇ 1 ਮਹੀਨਾ ਵੀ ਨਹੀਂ ਹੋਇਆ, ਉਸ ਦਿਨ ਤੋਂ ਜਿਹੜਾ ਕੰਮ ਹੈ ਉਹ ਸ਼ੁਰੂ ਕਰ ਦਿੱਤਾ। ਉਹ ਇਸੇ ਕਰਕੇ ਕੀਤਾ ਕਿਉਂਕਿ ਉਹ ਪੰਜਾਬ ਪ੍ਰਤੀ ਫਿਕਰਮੰਦ ਨੇ, ਉਹਨਾਂ ਦੇ ਦਿਲ 'ਚ ਇੱਕ ਦਰਦ ਹੈ ਵੀ ਅਸੀਂ ਪੰਜਾਬ ਦਾ ਕੋਈ ਸਵਾਰਨਾ। ਨਹੀਂ, ਇਸ ਤੋਂ ਪਹਿਲਾਂ ਜਿਹੜੇ ਵੀ ਆਏ ਨੇ ਕੇਵਲ ਲੁੱਟਣ ਲਈ ਆਏ, 5 ਸਾਲ ਲੁੱਟਿਆ ਅਤੇ ਜਾਂਦੇ ਜਾਂਦੇ ਕੇਵਲ ਅਤੇ ਕੇਵਲ ਡਰਾਮੇਬਾਜ਼ੀਆਂ ਕੀਤੀਆਂ। ਪਰ ਮਾਨ ਸਾਹਿਬ ਦੀ ਅਗਵਾਈ 'ਚ ਸਾਡੀ ਜਿਹੜੀ ਟੀਮ ਹੈ ਉਹਨਾਂ ਨੇ ਪਹਿਲੇ ਦਿਨ ਤੋਂ ਕੰਮ ਸ਼ੁਰੂ ਕਰ ਦਿੱਤਾ। ਸੋ ਅਸੀਂ ਤਾਂ ਅੱਗੇ ਵੀ ਪਰਮਾਤਮਾ ਅੱਗੇ ਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਸਾਨੂੰ ਬਲ ਬਖਸ਼ੇ ਕਿ ਲੋਕਾਂ ਦੀ ਉਮੀਦਾਂ ਨਿਕਲ ਸਕੇ। ਸਪੋਰਟਸ ਲਈ ਸਾਡੇ ਤਾਂ ਪਹਿਲਾਂ ਤਾਂ ਕੋਈ ਨੀਤੀ ਹੈ ਹੀ ਨਹੀਂ ਜੀ, ਅਸੀਂ ਲਿਆ ਤਾਂ ਰਹੇ ਹਾਂ ਇੱਥੇ, ਜੇ ਕੋਈ ਨੈਸ਼ਨਲ ਪਲੇਅਰ ਲਈ ਕੈਸ਼ ਪ੍ਰਾਈਜ਼ 40,000 ਹੈਗਾ, ਮੈਂ ਉਦਨ ਜਿਹੜੇ ਇੰਟਰਨੈਸ਼ਨਲ ਪਲੇਅਰ ਹੈ ਜਿਹੜੇ ਪ੍ਰੈਕਟਿਸ ਕਰ ਰਹੇ ਆ, ਮੈਂ ਉਹਨਾਂ ਨੂੰ ਜਾ ਕੇ ਪੰਜਾਬੀ ਯੂਨੀਵਰਸਿਟੀ ਮਿਲ ਕੇ ਆਇਆ, ਉਹ ਕਹਿੰਦੀ 40,000 ਪ੍ਰਾਈਜ਼ ਹੈ, ਉਹ ਵੀ 6-6 ਸਾਲ ਮਿਲਦਾ ਨਹੀਂ, ਜਦੋਂ ਉਹਨੂੰ ਮਿਲਦਾ ਉਹਨੂੰ ਖੇਡਣੋਂ ਹਟ ਜਾਂਦੇ ਆ, ਇੰਟਰਨੈਸ਼ਨਲ ਖਿਡਾਰੀਆਂ ਲਈ ਕੋਈ ਇੱਥੇ ਪੋਲਿਸੀ ਨਹੀਂ। ਸੋ ਅਸੀਂ ਕੇਵਲ ਜਿਹੜੇ ਕੋਈ ਖਿਡਾਰੀ ਜਿਹੜਾ ਕੋਈ ਕਾਮਨਵੈਲਥ 'ਚੋਂ ਓਲੰਪਿਕ 'ਚੋਂ ਮੈਡਲ ਲੈ ਕੇ ਆਉਂਦਾ, ਅਸੀਂ ਕੇਵਲ ਉਹਨਾਂ ਨੂੰ ਸਨਮਾਨਿਤ ਨਹੀਂ ਕਰਨਾ, ਉਹਨਾਂ ਦਾ ਸਨਮਾਨਿਤ ਕਰਨਾ ਹੀ ਕਰਨਾ, ਉਹ ਇਸ ਮੈਡਲ ਤੱਕ ਪਹੁੰਚਣ ਕਿਵੇਂ, ਇਹਦੀ ਨੀਤੀ ਵੀ ਜਿਹੜੀ ਹੈ ਉਹ ਤਿਆਰ ਕਰਨੀ। ਬਹੁਤ ਸਾਰੇ ਟੀਚਰ ਅਜੇ ਵੀ ਪੈਟੀਸ਼ਨ ਦੇ ਨੇ ਕਿ ਸਾਨੂੰ ਪੱਕੇ ਨਹੀਂ ਕੀਤਾ ਜਾ ਰਿਹਾ, ਔਰ ਕਿਸਾਨ ਜਥੇਬੰਦੀ ਵੀ ਉਹਨਾਂ ਨੂੰ ਸਮਰਥਨ ਦੇ ਰਹੀਆਂ ਉਹਨਾਂ ਦੇ। ਦੇਖੋ ਜੀ, ਅਸੀਂ ਤਾਂ ਬਚਨਬਾਦ ਦਾ ਕਿ ਜਿੰਨੀਆਂ ਵੀ ਸਰਕਾਰੀ ਸਾਮੀਆਂ ਖਾਲੀ ਪਈਆਂ ਨੇ ਆ 5 ਸਾਲਾਂ ਦੇ ਵਿੱਚ ਉਹ ਵੀ ਭਰਾਂਗੇ, ਜਿਹੜੇ ਅਸੀਂ ਕੱਚੇ ਮੁਲਾਜ਼ਮ ਵੀ ਹੈ। ਮੈਂ ਤੁਹਾਨੂੰ ਦੱਸਿਆ ਕਿ ਅਸੀਂ 35,000 ਨੂੰ ਪੱਕੇ ਕਰਨ ਦਾ ਤਾਂ ਹੁਣੇ ਐਲਾਨ ਕੀਤਾ, ਅੱਜ ਤੱਕ ਕਿਸੇ ਸਰਕਾਰ ਨੇ ਨਹੀਂ ਕੀਤਾ, ਵੋਟਾਂ ਵੇਲੇ ਬਿੱਲ ਜਾ ਲੈ ਆਉਂਦੇ ਆ, ਮੁੜ ਕੇ ਉਹ ਗਵਰਨਰ ਜਾ ਕੇ ਰੂੜੀ 'ਚ ਮਾਰਦਾ।
ਸੋ ਅਸੀਂ ਐਲਾਨ ਤਾਂ ਚੰਨੀ ਸਾਹਿਬ ਨੇ ਬਹੁਤ ਕੀਤੇ ਉਹਨਾਂ ਨੇ ਵੋਟਾਂ ਦੇ ਵੇਲੇ ਜਾ ਕੀਤੇ ਸੀ ਨਾ ਅਸੀਂ ਤਾਂ ਪਹਿਲੇ ਮਿੰਟ ਹੀ ਇੰਪਲੀਮੈਂਟ ਹੋਣਗੇ ਹੀ ਬੜੀ ਜਲਦੀ ਹੋਣਗੇ ਅਸੀਂ ਸਾਰੇ ਡਿਪਾਰਟਮੈਂਟ ਤੋਂ ਅਸੀਂ ਲੈ ਰਹੇ ਹਾਂ ਵੀ ਜਿਹੜੇ ਵੀ ਉੱਥੇ ਕੰਟਰੈਕਟ ਬੇਸਿਸ ਤੇ ਹੈ ਜਾਂ ਕੋਈ ਹੋਰ ਜਿਹਨਾਂ ਦੀ ਕੱਚੀ ਭਰਤੀ ਹੈ ਵੀ ਉਹਨਾਂ ਨੂੰ ਜਿਹੜਾ ਪੱਕਾ ਉਹ ਕੀਤਾ ਜਾ ਸਕੇ ਹੁਣ ਤਾਂ ਗੈਂਗਸਟਰਾਂ ਨੂੰ ਠੱਲ ਪਾਉਣ ਬਾਅਦ ਕੀ ਕੀਤਾ ਜਾ ਰਿਹਾ ਹੈ ਜਿੱਥੇ ਪੰਜਾਬ ਸਰਕਾਰ ਨੇ ਬੜਾ ਫੈਸਲਾ ਲਿਆ ਹੈ ਕੀ ਖਾਸ ਦੇਖੋ ਗੈਂਗਵਾਰ ਨੂੰ ਪੰਜਾਬ ਦੇ ਵਿੱਚੋਂ ਕੰਟਰੋਲ ਕੀਤਾ ਜਾਊਗਾ ਨਾਲ ਨਾਲ ਦੇਖੋ ਸਾਨੂੰ ਇਹ ਵੀ ਕਾਰਨ ਦੇਖਣ ਦੀ ਜ਼ਰੂਰਤ ਹੈ ਵੀ ਇਸ ਪਾਸੇ ਨੂੰ ਗਏ ਕਿਉਂ ਕਿਉਂਕਿ ਸਾਡੇ ਪੰਜਾਬ ਦੇ ਪੁੱਤ ਨੇ ਉਹ ਸਾਡੇ ਪੰਜਾਬ ਦੇ ਬੱਚੇ ਆ ਜਦੋਂ ਸਾਡੇ ਅਸੀਂ ਯੂਥ ਨੂੰ ਜਿਹੜਾ ਪੰਜਾਬ ਦਾ ਮੈਂ ਸਮਝਦਾ ਕਿ ਪੂਰੇ ਹਿੰਦੁਸਤਾਨ 'ਚ ਓਵਰ ਐਨਰਜੈਟਿਕ ਯੂਥ ਹੈ ਜਦੋਂ ਅਸੀਂ ਉਹਦੀ ਐਨਰਜੀ ਨੂੰ ਸਹੀ ਪਾਸੇ ਯੂਜ਼ ਨਹੀਂ ਕਰਾਂਗੇ ਯੂਥ ਬੇਰੁਜ਼ਗਾਰ ਹੋਊਗਾ ਤਾਂ ਇਸ ਪਾਸੇ ਜਾਣਾ ਆਪਣੇ ਡਾਇਰੈਕਸ਼ਨ ਤੋਂ ਭਟਕਣਾ ਇਹ ਲਾਜ਼ਮੀ ਆ ਸੋ ਸਾਨੂੰ ਜਿੱਥੇ ਗੈਂਗਵਾਰ ਨੂੰ ਕੰਟਰੋਲ ਕਰਨ ਦੀ ਜ਼ਰੂਰਤ ਹੈ ਉੱਥੇ ਸਾਡੇ ਬੱਚੇ ਆ ਉਹਨਾਂ ਨੂੰ ਸਮਝਾਉਣ ਦੀ ਵੀ ਜ਼ਰੂਰਤ ਹੈ ਉਹਨਾਂ ਦੀ ਜਿਹੜੀ ਐਨਰਜੀ ਆ ਉਹਨੂੰ ਪ੍ਰੋਪਰ ਚੈਨਲਾਈਜ਼ ਕਰਕੇ ਪੰਜਾਬ ਦੇ ਯੂਥ ਨੂੰ ਰੁਜ਼ਗਾਰ ਦਿੱਤਾ ਜਾਵੇ ਉਹਨਾਂ ਨੂੰ ਪੜ੍ਹਾਇਆ ਜਾਵੇ ਅਤੇ ਉਹਨਾਂ ਦੀ ਐਨਰਜੀ ਨੂੰ ਪੰਜਾਬ ਦੀ ਸਾਡੇ ਦੇਸ਼ ਦੀ ਚੜ੍ਹਦੀ ਕਲਾ ਲਈ ਜਿਹੜਾ ਡਿਵੈਲਪਮੈਂਟ ਲਈ ਜਿਹੜਾ ਉਹ ਵਰਤਿਆ ਜਾਵੇ ਥੈਂਕ ਯੂ